ਸਾਡਾ ਜਿਹੜਾ ਮਿਊਜ਼ੀਅਮ ਕਦੋਂ ਬਣੇਗਾ ਜਿਹੜਾ ਕਿ ਭਾਰਤੀ ਭਾਈਚਾਰੇ ਦੇ ਲੋਕਾਂ ਲਈ ਵਾਅਦਾ ਕੀਤਾ ਗਿਆ ਸੀ ਅਤੇ ਉਸ ਦੇ ਨਾਮ ਦੇ ਮਤਲਬਕ ਬਹੁਤ ਸਾਰੀ ਕੰਟਰੋਵਰਸੀ ਵੀ ਚੱਲ ਰਹੀ ਹੈ ਕਿ ਇਸ ਦਾ ਸਾਊਥ ਏਸ਼ੀਅਨ ਮਿਊਜ਼ੀਅਮ ਹੋਣਾ ਚਾਹੀਦਾ ਹੈ ਜਾਂ ਵਿਰਾਸਤ ਹੋਣਾ ਚਾਹੀਦਾ ਹੈ ਤੁਸੀਂ ਓਪਨ ਲਾਈਨ ਦੇ ਵਿੱਚ ਕਈ ਨਾਮ ਦੱਸੇ ਸਨ ਸਾਡਾ ਆਪਣਾ ਮਿਊਜ਼ੀਅਮ ਔਰ ਕਈ ਇਸ ਤਰ੍ਹਾਂ ਦੇ ਹੋਰ ਨਾਮ ਵੀ ਸੁਜੈਸਟ ਕੀਤੇ ਗਏ ਮਨਿਸਟਰ ਨੇ ਅਜਾ ਕਹਿੰਦਸਣਾ ਸੀ ਕਿ ਉਹਨਾਂ ਨੇ ਸੈਕੰਡ ਫੇਜ਼ ਆਪਣੀ ਇਸ ਕੈਂਪੇਨ ਦੀ ਸ਼ੁਰੂ ਕੀਤੀ ਹੈ ਉਹ ਕਹਿੰਦੇ ਕਿ ਪਬਲਿਕ ਕੰਸਲਟੇਸ਼ਨ ਨੂੰ ਅਸੀਂ ਹੋਰ ਡੀਟੇਲ ਦੇ ਵਿੱਚ ਕਰਨ ਲਈ ਲੋਕਾਂ ਨੂੰ ਪੈਸੇ ਵੀ ਦੇਣ ਦੇ 5-5 ਹਜ਼ਾਰ ਡਾਲਰ ਜਿਹੜਾ ਕੰਸਲਟੇਸ਼ਨ ਕਰਨਾ ਚਾਹੁੰਦਾ ਇਸ ਦੇ ਉੱਤੇ ਉਹ ਲੱਖਾਂ ਡਾਲਰ ਖਰਚ ਕਰਨਾ ਚਾਹੁੰਦੇ ਨੇ ਕੰਸਲਟੇਸ਼ਨ ਦੇ ਉੱਤੇ ਹੀ ਲੋਕ ਕੀ ਚਾਹੁੰਦੇ ਨੇ ਜਾਣਨਾ ਚਾਹੁੰਦੇ ਹਨ ਇਸ ਤਪਲਮਤ ਹੰਦਸ ਨੇ ਅੰਗੇ ਜਦੋਂ ਚਾਈਨੀਜ਼ ਮਿਊਜ਼ੀਅਮ ਬਣਿਆ ਉਸ ਦੇ ਸਬੰਧ ਦੇ ਵਿੱਚ ਬੜੀ ਐਕਸਾਈਟਮੈਂਟ ਸੀ ਔਰ ਇਹ ਬਹੁਤ ਵਧੀਆ ਮਿਊਜ਼ੀਅਮ ਬਣਿਆ ਸਭ ਤੋਂ ਪਹਿਲਾਂ ਅਸੀਂ ਚੀਨ ਦੇ ਚੀਨੀਬੂਲ ਦੇ ਲੋਕਾਂ ਨੂੰ ਮੁਬਾਰਕਬਾਦ ਦਿੰਨੇ ਆ ਕਿ ਉਹਨਾਂ ਦਾ ਇਹ ਮਿਊਜ਼ੀਅਮ ਅਖੀਰ ਨੂੰ ਬਣ ਗਿਆ ਕਿਉਂਕਿ ਇਹ ਇਲੈਕਸ਼ਨ ਦਾ ਇੱਕ ਵਾਦਾ ਸੀ ਲਾਇਨਾ ਪਾਪਮ ਮਿਨਿਸਟਰ ਆਫ ਟੂਰਿਜ਼ਮ ਆਰਟ ਕਲਚਰ ਐਂਡ ਸਪੋਰਟਸ ਨੇ ਉਸ ਵਕਤ ਇਹ ਵੀ ਕਿਹਾ ਸੀ ਕਿ BC ਦੀ ਸਰਕਾਰ ਫਖਰ ਮਹਿਸੂਸ ਕਰਦੀ ਹੈ ਕਿ ਅਸੀਂ ਪਿਛਲੀ ਇਲੈਕਸ਼ਨ ਦੇ ਵਿੱਚ ਕੀਤਾ ਹੋਇਆ ਵਾਅਦਾ ਪੂਰਾ ਕਰ ਰਹੇ ਹਾਂ ਅਤੇ BC ਦੀ ਸਰਕਾਰ ਜਿਹੜੀ ਚਾਈਨੀਜ਼ ਮਿਊਜ਼ੀਅਮ ਲਈ 48.5 ਮਿਲੀਅਨ ਡਾਲਰ ਦੀ ਡਾਇਰੈਕਟ ਫੰਡਿੰਗ ਦਿੱਤੀ ਹੈ ਇਹ ਮਿਊਜ਼ੀਅਮ ਬਣਨ ਤੋਂ ਬਾਅਦ ਉਹਨਾਂ ਨੇ ਦੱਸਿਆ ਸੀ ਕਿ 48.5 ਮਿਲੀਅਨ ਦੀ ਫੰਡਿੰਗ ਚਾਈਨੀਜ਼ ਮਿਊਜ਼ੀਅਮ ਨੂੰ ਦਿੱਤੀ ਗਈ ਹੈ 1 ਜੁਲਾਈ 2023 ਨੂੰ ਇਹ ਮਿਊਜ਼ੀਅਮ ਖੁੱਲ ਗਿਆ ਸੀ ਅਤੇ ਫੈਡਰਲ ਸਰਕਾਰ ਨੇ ਵੀ ਇਸ ਲਈ 5.18 5.18 ਮਿਲੀਅਨ ਡਾਲਰ ਦਿੱਤੇ ਹਨ ਜਿਹੜੇ ਕਿ ਤਕਰੀਬਨ 51 ਲੱਖ 79 ਹਜ਼ਾਰ ਬਣਦੇ ਨੇ। ਸੋ ਇਹ ਚਾਈਨੀਜ਼ ਮਿਊਜ਼ੀਅਮ 21000 ਸਕਰ ਫੁੱਟ ਦਾ ਹੈ। ਅਤੇ ਇਸੇ ਤਰ੍ਹਾਂ ਦੇ ਉਤੇ ਸਾਡਾ ਇਹ ਮਿਊਜ਼ੀਅਮ ਬਣਨ ਦੀ ਸੰਭਾਵਨਾ ਹੈ। ਅਸੀਂ ਵੇਰਦ ਖੋਸ਼ਾਂ ਕੇ ਜਿਨੇ ਪਾਈ ਚਰੇ ਨੂੰ ਉਹਨਾਂ ਦੀ ਵਿਰਾਸਤ ਸੰਭਾਲਣ ਲਈ ਇਹ ਤਾਂ ਬਣਾ ਕੇ ਦਿੱਤੀ ਗਈ ਹੈ ਮੁਬਾਰਕਬਾਦ ਅਸੀਂ ਪੇਸ਼ ਕਰਦੇ ਹਾਂ ਕਿਉਂਕਿ ਇੰਦੀ ਚੀਨੀ ਬਹੁਤ ਦੇਰ ਤੋਂ ਪਾਈ ਪਾਈ ਦੇ ਤੌਰ ਤੇ ਕੰਮ ਕਰਦੇ ਰਹੇ ਨੇ ਤੇ ਇਥੇ ਸਟਰਗਲ ਕੈਨੇਡਾ ਦੀ ਆਜ਼ਾਦੀ ਲਈ ਕੈਨੇਡਾ ਦੀ ਉਸਾਰੀ ਲਈ ਕਰਨਾ ਚਾਹੀਦਾ ਕੈਨੇਡਾ ਦੀ ਉਸਾਰੀ ਲਈ ਰਲ ਕੇ ਕੰਮ ਕਰਦੇ ਰਹੇ ਹਨ ਆ ਬਾਕੀ ਮੌਨਕਾ ਚੁਇੰਗ ਨੇ ਜਿਨ੍ਹਾਂ ਨੇ ਆ ਇਹ ਜਾਣਕਾਰੀ ਦਿੱਤੀ ਹੈ ਉਹਨਾਂ ਤੋਂ ਇਹ ਜਾਣਕਾਰੀ ਕਦੇ ਵੀ ਲਈ ਜਾ ਸਕਦੀ ਹੈ ਹੁਣੇ-ਹੁਣੇ ਜਿਹੜੀ ਮਿਨਿਸਟਰ ਵੱਲੋਂ ਇੱਕ ਪ੍ਰੈਸ ਕਾਨਫਰੰਸ ਇੱਕ ਜਿਹੜੀ ਪ੍ਰੈਸ ਰਿਲੀਜ਼ ਕੀਤੀ ਗਈ ਹੈ ਮੈਂ ਤੁਹਾਨੂੰ ਉਹ ਵੀ ਦੱਸਿਆ ਹੁਣੇ ਮੇਰੇ ਕੋਲ ਪਹੁੰਚੀ ਹੈ ਔਰ ਇਸ ਦੇ ਵਿੱਚ ਮਿਨਿਸਟਰ ਆਫ ਲਾਨਾ ਪੋਪਮ ਟੂਰਿਜ਼ਮ ਆਰਟਸ ਕਲਚਰ ਐਂਡ ਸਪੋਰਟ ਐਮ ਜੋਹਲ ਤੇ ਡਾਕਟਰ ਬਲਵੀਰ ਗੁਰਮ ਜਿਹੜੇ ਕੋ-ਚੇਅਰ ਨੇ ਮਨਿਸਟਰ ਦੇ ਐਡਵਾਈਜ਼ਰ ਨੇ ਉਨਾਂ ਤੋਂ ਵੱਲੋਂ ਆਈ ਹੈ ਟੋਟਲ 376 ਵਰਡ ਨੇ ਬੇਸਿਕਲੀ ਉਹਨੇ ਲਿਖਿਆ ਕਿ ਵੀ ਆਰ ਪ੍ਰਾਊਡ ਆਫ ਰਿਸਕਲੈਂਬੀਆਜ਼ ਡਾਇਵਰਸਿਟੀ ਇਟਸ ਅ ਬਿਗ ਪਾਰਟ ਅਤੇ ਅਸੀਂ ਜਿਹੜੀ ਸਾਊਥ ਏਸ਼ੀਅਨ ਹੈਰੀਟੇਜ ਨੂੰ ਅ ਇਨ ਸਾਊਥ ਏਸ਼ੀਆ ਦੇ ਆਟਮੁਲਕਨ ਦਾ ਨਾਲ ਲਿਖਿਆ ਇਹਨਾਂ ਲਈ ਅਸੀਂ ਸੂਬੇ ਦੇ ਵਿੱਚ ਮਿਊਜ਼ੀਅਮ ਵਰਨਾਤਾ ਹੈ ਉਹਦੇ ਵਿੱਚ ਉਹਨਾਂ ਨੇ ਲਿਖਿਆ ਕਿ ਬੰਗਲਾਦੇਸ਼ ਭੂਟਾਨ ਇੰਡੀਆ ਮਾਲਦੀਵਸ ਨੇਪਾਲ ਪਾਕਿਸਤਾਨ শ্রীলঙ্কা ਅਫਗਾਨਿਸਤਾਨ ਸੋ ਫਿਜੀ ਤੇ ਅਫਰੀਕਾ ਕ੍ਰੀਬੀਅਨ ਅ ਫਰਦਰ ਉਹਨਾਂ ਨੂੰ ਵੀ ਅਪਰੋਚ ਕੀਤਾ ਜਾਏਗਾ ਸਾਊਥ ਏਸ਼ੀਅਨ ਕਮਿਊਨिटीज ਡਾਇਵਰਸ ਰਿਚ ਡਾਇਨਾਮਿਕ ਕਲਚਰ ਇਨਾਂ ਦਾ ਇਸ ਕਿਸਮ ਦੀ ਜਿਸਰਤੰਦਸ ਹੈ ਉਹ ਬਹੁਤ ਵੱਡੀ ਹੈ ਹੈ Which basically he ke, um, is heritage no protect currently he, we want to hear from the individual and communities about what they want to see hear and feel in this new cultural space we are excited to learn more about what, is, what this initiative means to individuals and communities basically oh he, he, ਮਿਨਿਸਟਰ ਰਾਉ ਖੁਦ ਤੇ ਨਹੀਂ ਆਏ ਲੇਕਿਨ ਇਹਨਾਂ ਨੇ ਪ੍ਰੈਸ ਰਿਲੀਜ਼ ਦੇ ਦਿੱਤੀ ਹੈ ਕਿ ਅਸੀਂ ਲੋਕਾਂ ਨੂੰ ਪੁੱਛਣਾ ਚਾਹੁੰਦੇ ਆ ਲੋਕਾਂ ਨੂੰ ਪੁੱਛਣ ਦਾ ਜ਼ਰੀਆ ਉਹਨਾਂ ਦਾ ਕੀ ਹੋਏਗਾ ਇਸ ਦੇ ਬਾਰੇ ਡੀਟੇਲ ਪਾ ਕੇ ਚਲ ਕੇ ਦੇਖਾਂਗੇ ਲੇਕਿਨ ਮਿਨਿਸਟਰ ਇਸ ਤੇ ਪੈਸੇ ਖਰਚਣ ਨੂੰ ਤਿਆਰ ਨੇ ਕਿ ਜਿਹੜੇ ਵੀ ਗਰੁੱਪਸ ਹੀ ਆ ਜਿਹੜੇ ਵੀ ਲੋਕ ਇਹ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਉਹ ਪੈਸੇ ਦੇਣ ਨੂੰ ਤਿਆਰ ਹਨ ਬਾਕੀ ਕੈਨੇਡਾ ਹੈਰੀਟੇਜ ਦੇ ਥਰੂ ਕੈਨੇਡਾ ਕਲਚਰ ਸਪੇਸ ਫੰਡ ਆਇਆ ਕਿ ਰੈਨੋਵੇਸ਼ਨ ਦੇ ਲਈ ਜਿਹੜੀ ਚਾਈਨੀਜ਼ ਮਿਊਜ਼ੀਅਮ ਸੀ 3 ਮਿਲੀਅਨ ਡਾਲਰ ਉਹਨਾਂ ਨੇ ਵੀ ਦਿੱਤੇ ਸੀ ਫਿਰ ਕੈਨੇਡਾ ਹੈਰੀਟੇਜ ਦੇ ਥਰੂ ਕਮੈਮੋਰੇਟ ਕੈਨੇਡਾ ਇੱਕ ਹੋਰ ਪ੍ਰੋਗਰਾਮ ਹੈ ਜਿਸ ਰਹੀ 1 ਲੱਖ 70 ਹਜ਼ਾਰ ਡਾਲਰ ਉਹਨਾਂ ਨੂੰ ਹੋਰ ਵੀ ਮਿਲੇ ਸੀ ਓਵਰ ਐਂਡ ਅਬਵ ਜਿਹੜੀ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ 48.5 ਮਿਲੀਅਨ ਫਿਰ ਫੈਡਰਲ ਸਰਕਾਰ ਦੇ 5.18 ਫਿਰ ਉਸ ਤੋਂ ਬਾਅਦ ਕੈਨੇਡਾ ਹੈਰੀਟੇਜ ਥਰੂ ਕੈਨੇਡਾ ਕਲਚਰਲ ਸਪੇਸ ਫੰਡ 10 ਮਿਲੀਅਨ ਫੇਰ ਕੈਨੇਡਾ ਹੈਰੀਟੇਜ ਥਰੂ ਕਮੈਮੋਰੇਟ ਕੈਨੇਡਾ ਇੱਕ ਹੋਰ ਪ੍ਰੋਗਰਾਮ ਹੈ ਜਿਸ ਲਈ 170000 ਪੈਸੀਫਿਕ ਕੈਨ ਨੇ ਟੂਰਿਜ਼ਮ ਰਿਲੀਫ ਫੰਡ ਦੇ ਵਿੱਚੋਂ 2 ਮਿਲੀਅਨ ਹੋਰ ਦਿੱਤੇ ਕੁੱਲ ਮਿਲਾ ਕੇ ਜਿਹੜੀ ਚਾਈਨੀਜ਼ ਮਿਊਜ਼ੀਅਮ ਦੇ ਤਕਰੀਬਨ ਤਕਰੀਬਨ 60 ਮਿਲੀਅਨ ਡਾਲਰ ਉਸੇ ਲੱਗੇ ਨੇ ਉਹ ਦਿੱਤੇ ਗਏ ਸਨ ਸਰਕਾਰਾਂ ਵੱਲੋਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜੀਨਾ ਭਾਈਚਾਰਾ ਇਹ ਡਿਜ਼ਰਵ ਕਰਦਾ ਹੈ ਅਤੇ ਇਹ ਮਿਊਜ਼ੀਅਮ ਐਸ ਵੇਲੇ ਖੁੱਲ ਚੁੱਕਾ ਹੈ ਤੇ ਚੱਲ ਰਿਹਾ ਹੈ ਪਰ ਸਾਊਥ ਏਸ਼ੀਆਨ ਮਿਊਜ਼ੀਅਮ ਜਾਂ ਪੰਜਾਬੀ ਲੋਕਾਂ ਦਾ ਮਿਊਜ਼ੀਅਮ ਜਾਂ ਭਾਰਤੀ ਲੋਕਾਂ ਦਾ ਜਾਂ ਜਿਹੜੇ 8 ਮੁਲਕਾਂ ਦਾ ਮਿਊਜ਼ੀਅਮ ਹੈ ਉਹ ਹਲੇ ਬਣਨਾ ਹੈ ਪਰ ਗੱਲ ਹੁਣ ਇਹ ਹੈ ਕਿ ਪੰਜਾਬ ਦੇ ਲੋਕ ਇੱਥੇ 1902 ਤੋਂ ਲੈ ਕੇ ਕੈਨੇਡਾ ਦੀ ਉਸਾਰੀ ਦੇ ਵਿੱਚ ਹਿੱਸਾ ਪਾ ਰਹੇ ਨੇ ਸਾਡੇ ਭਾਰਤੀ ਭਾਈਚਾਰੇ ਦਾ ਕਦ ਬਹੁਤ ਉੱਚਾ ਹੈ ਸਾਨੂੰ ਵੀ ਸਾਡੇ ਮਿਊਜ਼ੀਅਮ ਲਈ ਫਿਰ ਸ਼ੇਅਰ ਮਿਲਣਾ ਚਾਹੀਦਾ ਹੈ ਜੇ ਇਹ ਚੀਨ ਦੇ ਇੱਕ ਮੁਲਕ ਖਾਤਰ 60 ਮਿਲੀਅਨ ਡਾਲਰ ਖਰਚ ਕਰ ਸਕਦੇ ਨੇ ਜਿਹੜਾ ਕਿ ਜਾਇਜ਼ ਹੈ ਤਾਂ ਸਾਊਥ ਏਸ਼ੀਆਨ ਖਿੱਤੇ ਦੇ 8 ਮੁਲਕਾਂ ਲਈ ਇਸੇ ਹਿਸਾਬ ਨਾਲ ਜਿਹੜਾ ਕਿ ਹੁਣੇ ਮਿਨਿਸਟਰ ਦੀ ਇਸ ਪ੍ਰੈਸ ਰਿਲੀਜ਼ ਦਸਿਆ ਗਿਆ ਇਸੇ ਫਾਰਮੂਲੇ ਨਾਲ ਫੰਡਿੰਗ ਦਿੱਤੀ ਜਾਣੀ ਚਾਹੀਦੀ ਹੈ ਸਾਡੇ ਓਪਨ ਲਾਈਨ ਸ਼ੋਅ ਦੇ ਵਿੱਚ ਸਾਡੇ ਪਾਈਚਾਰੇ ਦੇ ਲੋਕਾਂ ਨੇ ਵੱਧ ਚੜ ਕੇ ਹਿੱਸਾ ਲਿਆ ਸੀ ਅਤੇ ਅੱਜ ਵੀ ਉਹ ਹਿੱਸਾ ਲੈਣਗੇ ਇਸ ਨੂੰ ਵਿਰਾਸਤ ਮਿਊਜ਼ੀਅਮ ਹੈਰੀਟੇਜ ਮਿਊਜ਼ੀਅਮ ਵਿਰਸਾ ਮਿਊਜ਼ੀਅਮ ਪੰਜਾਬੀ ਮਿਊਜ਼ੀਅਮ ਆਪਣਾ ਮਿਊਜ਼ੀਅਮ ਵਰਗੇ ਨਾਮਾਂ ਦੇ ਸੁਝਾਅ ਦਿੱਤੇ ਗਏ ਸਨ ਪਰ ਜੇ ਬੀਸੀ ਦੀ ਐਨਡੀਪੀ ਸਰਕਾਰ ਤੇ ਮੰਤਰੀ ਸਤਕਾਰਯੋਗ ਲਾਣਾ ਪਾਪਮ ਇਸ ਮਿਊਜ਼ੀਅਮ ਨੂੰ ਸਾਊਥ ਏਸ਼ੀਆਨ ਮਿਊਜ਼ੀਅਮ ਦਾ ਨਾਮ ਦੇਣਾ ਚਾਹੁੰਦੇ ਨੇ ਤਾਂ ਸਾਊਥ ਏਸ਼ੀਆ ਦੇ ਖੇਤਰ ਜਿਹੜੇ ਮੈਂ ਤੁਹਾਨੂੰ ਦੱਸ ਕੇ ਹਟਿਆ ਹਾਂ ਹਿੰਦੁਸਤਾਨ ਪਾਕਿਸਤਾਨ ਫਿਜੀ ਨੇਪਾਲ ਸ੍ਰੀਲੰਕਾ ਮਾਲਦੀਵਸ ਅਫਗਾਨਿਸਤਾਨ ਪੋਟਾਂ ਵਗੈਰਾ ਇਨਾ ਅੱਠ ਮੁਲਕਾਂ ਦਾ ਇੱਕ ਮਿਊਜ਼ੀਅਮ ਬਣਾਉਣਾ ਮੇਰੇ ਹਿਸਾਬ ਨਾਲ ਇਹ ਵੱੱਜਰ ਗਲਤੀ ਹੋਵੇਗੀ ਕਿਉਂਕਿ ਮੰਤਰੀ ਸਾਹਿਬਾਂ ਸ਼ਾਇਦ ਨਹੀਂ ਸਮਝਦੇ ਯਾ ਪਰ শ্রীলੰਕਾ ਤੇ ਨੇਪਾਲ ਦੀ ਕਲਚਰ ਦੇ ਵਿੱਚ ਕੋਈ ਸਾਂਝ ਨਹੀਂ ਹੈ ਜੇ ਤੁਸੀਂ ਦੇਖੋ ਅਚਾਨਕ ਤੁਸੀਂ শ্রীলੰਕਾ ਤੋਂ ਨੇਪਾਲ ਚਲੇ ਜਾਓ ਤਾਂ ਬਹੁਤ ਫਰਕ ਆ ਨਾ ਦਾ ਔਰ ਅਫਗਾਨਿਸਤਾਨ ਤੇ ਭੂਟਾਨ ਦੀ ਕੋਈ ਸਭਿਆਚਾਰਕ ਸਿਮਿਲਰਿਟੀ ਨਹੀਂ ਹੈ ਇਹ ਵੰਡੀਆਂ ਪਾਉਣ ਦਾ ਵੀ ਬੀ ਬੀਜਿਆ ਜਾਏਗਾ ਅਸੀਂ ਰੈਡ FM ਵਾਲੇ ਹਾਰਮਨੀ ਦੇ ਵਿੱਚ ਯਕੀਨ ਕਰਦੇ ਹਾਂ ਡਿਵੀਜ਼ਨ ਦੇ ਵਿੱਚ ਨਹੀਂ ਮੈਜੋਰਿਟੀ ਲੋਕ ਲਿੰਦੇ ਪੰਜਾਬ ਜੜਦੇ ਪੰਜਾਬ ਦਿੱਲੀ ਹਰਿਆਣਾ ਦੇ ਲੋਕ ਇਹ ਸਭਿਆਚਾਰ ਦੀ ਸਾਂਝ ਹੈ ਫੈਸਲਾ ਅਸੀਂ ਸਮੇਂ ਦੇ ਅਕਸੂਝ ਸਮਝ ਕੇ ਕਰਨਾ ਹੋਏਗਾ ਜੇ ਲੋਕਾਂ ਦਾ ਫੈਸਲਾ ਤਾਂ ਵੀ ਜੇ ਮਿਨਿਸਟਰ ਦਾ ਫੈਸਲਾ ਯੋਨ ਦੀ ਕਮੇਟੀ ਦਾ ਫੈਸਲਾ ਤਾਂ ਵੀ ਇਹ ਦੇਖਿਆ ਜਾਏ ਕਿ ਕੀ ਕੋਈ ਕਲਚਰਲ ਹੈਰੀਟੇਜ ਦੀ ਸਮਝ ਹੈ ਇਨ੍ਹਾਂ ਮੁਲਕਾਂ ਦੇ ਵਿੱਚ ਸਿਰਫ ਸਾਊਥ ਏਸ਼ੀਆ ਕਹਿ ਦੇਣਾ ਇਹ ਮੁਲਕਾਂ ਦੇ ਨਾਂ ਲੈ ਲੈਣੇ ਉਹਨਾਂ ਮੁਲਕਾਂ ਦੀ ਆਪਸ ਵਿੱਚ ਦੀ ਤਾਂ ਬਿਲਕੁਲ ਕਲਚਰਲ ਉਹਨਾਂ ਦੀ ਇੰਨਾ ਫਰਕ ਹੈ ਕਿ ਫਿਰ ਅੱਠ ਮੁਲਕਾਂ ਦਾ ਇੱਕ ਮਿਊਜ਼ੀਅਮ ਹੋਏਗਾ ਤੇ ਕਿਤੇ ਐਸਾ ਨਾ ਹੋਵੇ ਕਿ ਸਾਊਥ ਏਸ਼ੀਆ ਟਰਮ ਜਿਹੜੀ ਹੈ ਘੱਗ ਵਾਸਤੇ ਭਾਰਤੀ ਭਾਈਚਾਰੇ ਵਿੱਚ ਫਟ ਦਾ ਕਾਰਨ ਬਣ ਜਾਏ ਸੋ town hall meetings ਜਿਹੜੀਆਂ ਆਪਾਂ ਹੁਣ ਕਰਾਂਗੇ ਮੇਰਾ ਖਿਆਲ ਆ ਕੋਕੀ ਰਹਿਣ ਗਿਆ ਬਟ ਜੇ ਦਾ ਫੈਸਲਾ ਅਖੀਰ ਨੂੰ ਹੋ ਮਿਨਿਸਟਰ ਦਾ ਹੋਏਗਾ ਬਕ ਸਟੌਪਸ ਵਿਦ ਦਿ ਮਿਨਿਸਟਰ ਅਠਮੁਲਕਾ ਦਾ ਸਾਊਥ ਏਸ਼ੀਆਨ ਮਿਊਜ਼ੀਅਮ ਅਠਪਾਈ ਚਾਰਾਂ ਦੇ ਰਾਸ ਆ ਜਾਏਗਾ ਜੇ ਹੁਣ ਇਹ ਫਰਜ਼ ਕਰੋ 20000 ਜਾਂ 21000 ਸਕੁਅਰ ਫੁੱਟ ਦਾ ਮਿਊਜ਼ੀਅਮ ਬਣ ਵੀ ਜਾਂਦਾ ਅਠਮੁਲਕਾਂ ਦਾ ਜੇ ਫਿਰ ਉਹ ਆਪਣੀਆਂ ਆਪਸ ਵਿੱਚ ਹੀ ਡਿਫਰੈਂਸਸ ਪੈਦਾ ਹੋ ਜਾਂਦੇ ਨੇ ਜਿਹੜੇ ਕਿ ਹੋ ਜਾਣੇ ਆ ਕਿਉਂਕਿ ਉਹਨਾਂ ਦੀ ਆਪਸ ਵਿੱਚ ਹੀ ਕਲਚਰਲ ਸਾਂਝ ਤੇ ਕੋਈ ਹੈ ਨਹੀਂ ਨਾ ਬੋਲੀ ਸਾਂਝੀ ਆ ਨਾ ਸੰਗੀਤ ਸਾਂਝਾ ਨਾ ਕੋਈ ਹੋਰ ਸਭਿਆਚਾਰ ਸਾਂਝਾ ਹੈ ਸੋ ਫਿਰ ਕੰਦਾ ਕੱਢਣਗੇ ਜਾਂ ਅੱਠ ਟੁਕੜੇ ਕਰਨਗੇ ਉਸਦੇ ਸੋ ਇਸ ਕਿਸਮ ਦੀ ਦੂਰ ਰੰਦੇਸ਼ੀ ਦੀ ਜ਼ਰੂਰਤ ਹੋਏਗੀ ਕਿਉਂਕਿ ਜਿਹੜੇ ਵਿਜ਼ਨ ਵਾਲੇ ਲੋਕ ਨੇ ਵਿਜ਼ਨਰੀ ਲੀਡਰ ਨੇ ਲੈਣਾ ਪੌਪਮ ਵਰਗੇ ਮਿਨਿਸਟਰ ਵਰਗੇ ਉਹਨਾਂ ਨੂੰ ਹੁਣ ਲੰਬੀ ਸੋਚਣੀ ਚਾਹੀਦੀ ਹੈ ਕੀ ਕਰਨਾ ਚਾਹੁੰਦੇ ਨੇ ਬਾਕੀ ਬੰਜਾਰਾ ਗਰੁੱਪ ਨੇ ਇਸ ਦੇ ਉੱਤੇ ਕਾਫੀ ਕੰਮ ਕੀਤਾ ਹੋਇਆ ਹੈ ਔਰ ਉਹਨਾਂ ਜੋ ਡਾਕਟਰ ਜਸਜੋਤ ਮਰਨ ਮਿਰਨਾਲ ਨੇ ਅੱਜ ਉਹ ਵੀ ਆਪਣਾ ਪੁਆਇੰਟ ਆਫ View ਲੈ ਕੇ ਆਏ ਨੇ ਉਹ ਦੱਸਣਗੇ ਡਾਕਟਰ ਸਾਹਿਬ ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵੈਲਕਮ ਸਤਿ ਸ਼੍ਰੀ ਅਕਾਲ ਜੀ ਸਰ ਥੈਂਕ ਯੂ ਫਾਰ ਦਾ ਟਾਈਮ ਥੈਂਕ ਯੂ ਵੈਰੀ ਮਚ ਤੁਹਾਡਾ ਕੀ ਖਿਆਲ ਹੈ ਮਿਸਟਰ ਦੀ ਜਿਹੜੀ ਪ੍ਰੈਸ ਰਿਲੀਜ਼ ਦਿਸ ਇਜ਼ ਓਨਲੀ ਆ ਵੇਖ ਲਈ ਤੁਹਾਡੇ ਸਾਹਮਣੇ ਆ ਤੁਸੀਂ ਕੀ ਸੋਚਦੇ ਹੋ ਤੁਹਾਡਾ ਗਰੁੱਪ ਕੀ ਸੋਚਦਾ ਹੈ ਇਸ ਬਾਰੇ ਦੇਖੋ ਤੁਸੀਂ ਮੈਨੂੰ ਹੁਣੇ-ਹੁਣੇ ਪ੍ਰੈਸ ਰਿਲੀਜ਼ ਕਿਉਂਕਿ ਜਦੋਂ ਮੈਂ ਆ ਕੇ ਬੈਠਾ ਸੀ ਸਟੂਡੀਓ 'ਚ ਤੇ ਹੁਣੇ ਪ੍ਰੈਸ ਰਿਲੀਜ਼ ਪੜ੍ਹੀ ਹੈ ਉਹਦੇ ਵਿੱਚ ਇੱਕ ਜਗ੍ਹਾ ਤੇ ਲਿਖਿਆ ਜੀ the people who associate themselves as south Asians ਅਸੀਂ ਤੇ ਕਹ ਰਹੇ ਸੀ ਸਾਊਥ ਏਸ਼ੀਅਨ ਹੈ ਨਹੀਂ ਆਇਡੈਂਟੀਫਾਈ ਕਰਦੇ ਨਹੀਂ ਆ ਸੋ ਇਹ ਪ੍ਰੈਸ ਰਿਲੀਜ਼ ਹੈ ਵਿੱਚ ਦੇਖਿਆ ਜਾਵੇ ਵੀ ਵੀ ਡੂ ਵੀ ਅਸੋਸੀਏਟ ਐਸ ਸਾਊਥ ਏਸ਼ੀਅਨਸ ਨੋ ਵੀ ਡੋਨਟ ਅਸੋਸੀਏਟ ਐਸ ਸਾਊਥ ਏਸ਼ੀਅਨਸ ਤੁਸੀਂ ਜਿਹੜੀ ਗੱਲਬਾਤ ਕੀਤੀ ਹੈ ਅੱਠ ਮੁਲਕ ਨੇ ਭਾਈਚਾਰਾ ਨਹੀਂ ਰਲਦਾ ਪਿਆ ਹਮ ਤੇ ਤਿਉਹਾਰ ਨਹੀਂ ਰਲਦੇ ਪਏ ਗੱਲਬਾਤ ਦਾ ਤਰੀਕਾ ਨਹੀਂ ਰਲਦਾ ਕਿਵੇਂ ਇਕੱਠੇ ਕਰ ਲੋਗੇ ਮਤਲਬ ਇਹ ਤੇ ਉਹ ਗੱਲ ਹੋ ਗਈ ਇੱਕ ਘਰ ਚ ਤੁਸੀਂ ਦੇਖੋ ਕਿਰਾਇਆ ਦਾ ਰੱਖ ਲੋ ਨਾ ਤੇ ਲੰਬਾ ਸਮਾਂ ਜਲੇ ਉਹਨਾਂ ਚ ਲੜਾਈ ਪੈ ਜਾਂਦੀ ਹੈ ਇਹ ਤੇ ਸਵੇਰੇ ਚਾਰ ਵਜੇ ਸੌਂਜ ਸਵੇਰੇ ਚਾਰ ਵਜੇ ਮਤਲਬ ਇੱਕ ਮਿਊਜ਼ੀਅਮ ਚ ਫਿਰ ਕਿਹਦਾ ਸਮਾਨ ਕਿਵੇਂ ਰੱਖਿਆ ਜਾਊਗਾ ਮਤਲਬ ਕਿੱਥੇ ਰੱਖੇਗਾ ਕਿੱਥੇ ਰੱਖਿਆ ਜਾਊਗਾ ਰੱਖੇ ਜਾਊਗਾ ਪਿੱਛੇ ਕਿੱਧਰ ਰੱਖੇ ਜਾਊਗਾ ਫਿਰ ਲੜਾਈ ਪਾਉਗੀ ਜੀ ਅੱਛਾ ਸਾਡਾ ਇੰਨਾ ਜੀ ਤੁਸੀਂ ਇੱਥੇ ਰੱਖੋ ਉੱਥੇ ਰੱਖੋ ਮਤਲਬ ਇਹ ਵੇਰੀ ਦਸ ਸਮਾਂ ਹੀ ਤੋਂ ਬਾਹਰ ਹੈ ਵੀ ਇਹ ਕੀ ਚਾਹੁੰਦੇ ਕੀ ਨੇ ਵੀ ਆਪਸ ਜਹੀ ਪੜਦੇ ਰਹੀਏ ਬੱਚੋ ਹਾਂ ਹੁਣ ਪੁਟਾਨ ਦਾ ਤੇ ਪੰਜਾਬ ਦਾ ਅਪਸ ਵਿੱਚ ਹੀ ਜਿਸ ਤਰ੍ਹਾਂ ਜਿਵੇਂ শ্রীলঙ্কা ਦਾ ਕਲਚਰ ਬਿਲਕੁਲ ਡਿਫਰੈਂਟ ਹੈ ਨੇਪਾਲ ਦਾ ਕਲਚਰ ਬਿਲਕੁਲ ਡਿਫਰੈਂਟ ਹੈ ਅਸੀਂ ਇਹ ਤਾਂ ਸਮਝ ਸਕਦੇ ਹਾਂ ਕਿ ਪੰਜਾਬ ਹਰਿਆਣਾ ਲਾਹੌਰ ਪਾਕਿਸਤਾਨ ਜਿਹੜੇ ਵੀ ਹਿੱਸੇ ਨੇ ਇਹ ਤਾਂ ਅਸੀਂ ਤਾਂ ਸਾਡੀਆਂ ਤਾਂ ਸਮਝਾਂ ਬਹੁਤ ਨੇ ਲੇਕਿਨ ਬਾਕੀ ਸਾਰੇ ਜਿਹੜਾ ਸਾਊਥ ਏਸ਼ੀਆ ਉਹ ਬਹੁਤ ਵੱਡਾ ਖੇਤਾ ਜੀ ਤੁਸੀਂ ਹੁਣੇ ਕਿਹਾ ਵੀ ਚਾਈਨੀਜ਼ ਮਿਊਜ਼ੀਅਮ ਨੂੰ ਇਹਨਾਂ ਨੇ 60 ਬਿਲੀਅਨ ਡਾਲਰ ਦਿੱਤਾ तकरीबन 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 ਹੁਣ ਜਾਂ ਤੇ ਮੈਨੂੰ ਲੱਗਦਾ ਇਹ ਸਾਨੂੰ ਤਾਂ ਕਲੱਬ ਕਰਨਾ ਚਾਹੁੰਦੇ ਨੇ ਵੀ ਜੇ ਹਰ ਮੁਲਕ ਦਾ ਮਿਊਜ਼ੀਅਮ ਬਣਾਇਆ ਤੇ 400 ਬਿਲੀਅਨ ਡਾਲਰ ਲੱਗਣਾ ਤੇ 60 ਦੇ ਕੇ ਇਹਨਾਂ ਨੂੰ ਸਾਰ ਦੋ ਪਰ ਗੱਲ ਉਹ ਵੀ ਨਹੀਂ ਹੈ ਗੱਲ ਹੈ ਕਿ ਤੁਸੀਂ ਰਿਪਰੈਜ਼ੈਂਟੇਸ਼ਨ ਕਿਦੀ ਕਿਵੇਂ ਕਰੋਗੇ 100 ਸਾਲ ਤੋਂ ਉੱਪਰ ਇੱਥੇ ਪੰਜਾਬੀਆਂ ਨੂੰ ਆਏ ਹੋਗੇ ਨੇ ਇਹ ਇਹਦਾ ਮੈਥ ਕੀ ਹੈ ਮਤਲਬ ਇਹਦੀ ਵੀ ਕਲੈਰਿਟੀ ਦੇ ਦੇਣ ਬਟ ਐਟ ધ ਸੇਮ ਟਾਈਮ ਮੈਂ ਅਪਰੀਸ਼ੀਏਟ ਕਰੂੰਗਾ ਆਪਣਾ ਮਿਨਿਸਟਰ ਲਾਣਾ ਪੋਪਨ ਨੂੰ ਕਿ ਉਹਨਾਂ ਨੇ ਜਿਹੜਾ ਸੀ 1 ਸਾਲ ਪਹਿਲਾਂ ਉਪਰਾਲਾ ਚਲਾਇਆ ਹੈ ਰਲ ਕੇ ਕਿ ਇਹਨੂੰ ਪਬਲਿਕ ਡੋਮੇਨ ਚ ਲੈ ਕੇ ਜਾਇਆ ਜਾਵੇ ਇੱਕ ਇੱਕ ਕਰੂਪਾ ਉਹਨਾਂ ਦਿੱਤਾ ਜਾਵੇ ਵੀ ਉਹ ਹੀ ਡਿਸਾਈਡ ਕਰਨਗੇ ਮੈਂ ਅੱਜ ਉਹਨਾਂ ਦਾ ਵੀ ਧੰਨਵਾਦ ਕਰੂੰਗਾ ਜਿਨ੍ਹਾਂ ਨੇ ਸਾਨੂੰ ਵੀਡੀਓਜ਼ ਬਣਾਵਣਾ ਭੇਜੇ ਨੇ ਮਹਾਂ ਦੂਆਂ ਮਪੀਨੇ ਮੈਂ ਨਾ ਹੀ ਲਊਂਗਾ ਉਹਨਾਂ ਨੇ ਸਾਡੀ ਸਪੋਰਟ ਕੀਤੀ ਹੈ ਕਾਉਂਸਲਰਸ ਨੇ ਉਹਨਾਂ ਨੇ ਸਪੋਰਟ ਕੀਤੀ ਹੈ ਲਾ ਸੋਸਾਇਟੀ ਦੇ ਲਾਇਰਸ ਨੇ ਜਿਨ੍ਹਾਂ ਨੇ ਸਾਡੀ ਹੈਲਪ ਕੀਤੀ ਹੈ ਐਟ ਡਿਫਰੈਂਟ ਐਸਪੈਕਟਸ ਤੇ ਇਵਨ ਡਾਕਟਰਸ ਗਰੁੱਪ ਨੇ ਜਿਨ੍ਹਾਂ ਨੇ ਸਾਡੀ ਜਗਾ ਜਗਾ ਤੇ ਹੈਲਪ ਕੀਤੀ ਹੈ ਵੀ ਇਦਾਂ ਕਰੋ ਇਦਾਂ ਕਰਨਾ ਚਾਹੀਦਾ ਹੈ ਗੁੰਜਰ ਅਗਰੁੱਪ ਦੀ ਪੰਜਾਰਾ ਗਰੁੱਪ ਸੋ ਮੈਂ ਉਹਨਾਂ ਸਾਰਾ ਦਾ ਧੰਨਵਾਦ ਕਰਨਾ ਚਾਹੂੰਗਾ ਜੀ ਬਟ ਐਟ ਦ ਸੇਮ ਟਾਈਮ ਅ ਪ੍ਰੈਸ ਰਿਲੀਜ਼ ਵਿੱਚ ਥੋੜੀ ਕਨਫਿਊਜ਼ਨ ਹੈ ਜਿਹੜੀ ਉਹਨਾਂ ਨੂੰ ਮੈਨੂੰ ਲੱਗਦਾ ਵੀ ਕਲੀਅਰ ਕਰਨੀ ਪੈਣੀ ਹੈ ਕੀ ਕਨਫਿਊਜ਼ਨ ਲੱਗਦੀ ਤੁਹਾਨੂੰ ਕਿ ਦ ਪੀਪਲ ਹੂ ਆਈਡੈਂਟੀਫਾਈ ਐਸ ਸਾਊਥ ਏਸ਼ੀਅਨਸ ਨਾਲੇ ਕਹਿੰਦੇ ਕੈਨੇਡੀਅਨ ਮਿਊਜ਼ੀਅਮ ਫॉर ਫ্রম ਸਾਊਥ ਏਸ਼ੀਅਨ ਹੈਰੀਟੇਜਸ ਸੋ ਇਹਨਾਂ ਨੂੰ ਇਹਨੂੰ ਇਹਨੂੰ ਇਹਦੀ ਵਿਆਖਿਆ ਕਰਨੀ ਪੈਣੀ ਹੈ ਇਹ ਮਿਊਜ਼ੀਅਮ ਤੁਸੀਂ ਦੇ ਰਹੇ ਹੋ ਉਤਰੀ ਹੋਈ ਵਿਆਖਿਆ ਜੀ ਉੱਪਰ ਮੁਲਕਾਂ ਦੇ ਨਾਮ ਪੜੋ ਹਮ ਮੁਲਕਾਂ ਦੇ ਉਹੀ ਤੇ ਮੈਂ ਕਹਿੰਦਾ ਜੀ ਵਿਆਖਿਆ ਕਰਨੀ ਪੈਣੀ ਵੀ ਕਿੰਨਾ ਕਿੰਨਾ ਹਿੱਸਾ ਦੇਣਗੇ 21000 ਸਕੁਅਰ ਫੀਟ ਚ ਚਾਈਨੀਜ਼ ਮਿਊਜ਼ੀਅਮ ਬਣਾਇਆ ਹੈ ਤੇ ਸਾਡਾ ਵੀ ਬਣਦਾ ਤੇ ਕਿੰਨਾ ਕਿੰਨਾ ਸਾਰੇ ਮੁਲਕਾਂ ਨੂੰ ਦੇਣਗੇ 5 500 ਸਕੁਅਰ ਫੀਟ ਮਿਲੂਗਾ ਕੀ ਮਿਲੂਗਾ ਕਿਉਂਕਿ ਜਿਹੜੇ 100 ਸਾਲ ਤੋਂ ਇੱਥੇ ਆਏ ਨਹੀਂ ਉਹਨਾਂ ਦਾ ਸਮਾਨ ਵੀ ਜ਼ਿਆਦਾ ਰੱਖਣ ਨੂੰ ਫਿਰ ਹਮ ਹਮ ਕਮਾਗਾਟਾ ਮਾਰੂ ਤਾਂ ਸ਼ੁਰੂ ਹੋਈਏ ਅੱਜ ਤੱਕ ਸਾਡਾ ਸਮਾਨ ਵੀ ਜ਼ਿਆਦਾ ਫਿਰ ਕਿ ਹੋ ਮਤਲਬ ਇਹ ਫਿਰ ਉਹ ਕੀ ਕਹਿੰਦੇ ਹੁੰਦੇ ਕੋਲਡ ਵਾਰ ਜੀ ਚੱਲਦੀ ਰਹੂਗੀ ਹਮਮ ਤਾਂ ਸਿੱਟਾ ਉਹ ਬੰਜਾਰਾ ਗਰੁੱਪ ਵਾਲੇ ਚਾਹੁੰਦੇ ਆ ਕਿ ਪੰਜਾਬ ਦੇ ਲੋਕਾਂ ਦਾ ਇੱਕ ਵੱਖਰਾ ਮਿਊਜ਼ੀਅਮ ਹੋਣਾ ਬੰਜਾਰਾ ਗਰੁੱਪ ਕੀ ਚਾਹੁੰਦਾ ਕੀ ਨਹੀਂ ਚਾਹੁੰਦਾ ਜੀ ਇਹ ਗੱਲ ਬਾਤ ਦੀ ਹੈ ਗੱਲ ਹੈ ਵੀ ਇਹ ਫੰਡਾਮੈਂਟਲੀ ਇਹ ਗਲਤ ਹੋ ਰਿਹਾ ਕੰਮ ਵੀ ਸਾਰੇ ਤੁਸੀਂ ਕਲੱਬ ਕਰ ਰਹੇ ਹੋ ਪੰਜਾਬ ਦਾ ਮਿਊਜ਼ੀਅਮ ਦੀ ਗੱਲ ਨਹੀਂ ਹੋ ਰਹੀ ਜੀ ਗੱਲ ਹੈ ਵੀ ਸਭ ਨੂੰ ਪੁੱਛ ਕੇ ਚੱਲੋ ਹਮਮ ਸਾਰੇ ਦੇ ਲੋਕ ਚ ਪੰਜਾਬੀ ਵੀ ਨੇ ਗੁਜਰਾਤੀ ਵੀ ਨੇ ਸਾਰੇ ਵੀ ਨੇ ਸਾਰਿਆਂ ਨੂੰ ਪੁੱਛ ਕੇ ਚੱਲੋ ਔਰ ਸਾਡੇ ਕੋਲ ਇੱਕ ਨਾਮ ਮਤਲਬ ਤੁਹਾਨੂੰ ਕੀ ਲੱਗਦਾ ਵੀ ਅਸੀਂ ਇੱਕ ਪਾਸੇ ਮਾਣ ਕਰਦੇ ਆਂ ਵੀ ਸਾਡੀ ਲੈਂਗੁਏਜਸ ਚ ਬਹੁਤ ਦਮ ਹੈ ਮਾਂ ਬੋਲੀ ਦੀਆਂ ਨਾਲ ਕਰਦੇ ਆਂ ਔਰ ਹਰ ਮਾਂ ਬੋਲੀ ਦਾ ਸਤਿਕਾਰ ਹੈ ਤੇ ਹੁਣ ਤੁਸੀਂ ਦੇਖੋ ਵੀ ਜੇ ਮਾਂ ਬੋਲੀ ਨੇ ਸਤਿਕਾਰ ਹੈ ਤੇ ਉਸ ਖਿੱਤੇ ਜੋ ਸਾਡੇ ਕੋ ਕੋਈ ਸ਼ਬਦ ਹੀ ਹੈ ਨਹੀਂਗਾ ਜਿਹਦੇ ਨਾਮ ਤੇ ਮਿਊਜ਼ੀਅਮ ਰੱਖਦੀ ਹੈ ਜੇ ਫਰਸ ਕਰੋ ਸਾਊਥ ਏਸ਼ੀਆ ਨਾ ਨਹੀਂ ਰੱਖਿਆ ਜਾਂਦਾ ਕੋਈ ਹੋਰ ਨਾਮ ਰੱਖਿਆ ਜਾਂਦਾ ਪਰ ਮੁਲਕ ਇਹ 8 ਮੁਲਕਾਂ ਦਾ ਹੀ ਮਿਊਜ਼ੀਅਮ ਰਹਿੰਦਾ ਫਿਰ ਠੀਕ ਹੈ ਮੈਂ ਫਿਰ ਉਹ ਗੱਲ ਤੁਹਾਨੂੰ ਜਵਾਬ ਦੇ ਚੁੱਕਾ ਜੀ ਫਿਰ ਵੀ ਇਹਨਾਂ ਨੂੰ ਡਿਸਾਈਡ ਕਰਨਾ ਪੈਣਾ ਹੈ ਵੀ ਕਲੱਬ ਤੇ ਕਰ ਦੋਗੇ ਨਾਮ ਹੀ ਰੱਖ ਦੋਗੇ ਵੀ ਜਗ੍ਹਾ ਕਿਵੇਂ ਦੇਣੀ ਹੈ ਤੁਸੀਂ ਜੋੜਨ ਦੀ ਗੱਲ ਕਰ ਰਹੇ ਹੋ ਕਿ ਤੋੜਨ ਦੀ ਗੱਲ ਕਰ ਰਹੇ ਹੋ ਇੱਥੇ ਮੈਂ ਇਸ ਹਮਿੰਦਾ ਸੀ ਵੀ ਸ਼ਾ ਤੁਸੀਂ ਦੱਸੋਗੇ ਕਿ ਕਲਚਰਲ ਕਲੈਸ਼ ਆ ਕਿਤੇ ਕਿ ਬਹੁਤ سارے ਹਿਊਜੇ ਵਿੱਚ ਇਨ ਅੱਠਾਂ ਦੇ ਵਿੱਚ ਮੁਲਕਾਂ ਚ ਚਾਰ ਪੰਜ ਮੁਲਕ ਤੇ ਇਹੋ ਜਿਹੇ ਜਿਹੜੇ ਬਿਲਕੁਲੀ ਵੱਖਰੇ ਐ ਇੱਕ ਦੂਜੇ ਨੂੰ ਉਹ ਗੱਲ ਹੀ ਨਹੀਂ ਸਮਝ ਸਕਦੇ ਇੱਕ ਦੂਜੇ ਮੈਂ ਤੁਹਾਡਾ ਨਾ ਬਿਲਕੁਲ ਸਹਿਮਤ ਤੁਸੀਂ ਇੱਕ ਕਲੈਰਿਟੀ ਦਿੱਤੀ ਐ ਇਸ ਗੱਲ ਦੀ ਜਦੋਂ ਤੁਸੀਂ ਸਟੇਟਮੈਂਟ ਸ਼ੁਰੂ ਕੀਤੀ ਐ ਓਪਨਿੰਗ ਸਟੇਟਮੈਂਟ ਤੁਹਾਡੀ ਕਿ ਲੈਂਗੁਏਜ ਦਾ ਫਰਕ ਐ ਜੀ ਸ਼੍ਰੀਲੰਕਾ ਤੇ ਨੇਪਾਲ ਦਾ ਕੋਈ ਕੋਈ ਹੈ ਹੀ ਨਹੀਂ ਠੀਕ ਹੈ ਜੀ ਹੁਣ ਇਹ ਤੇ ਇਹਨਾਂ ਨੂੰ ਸੋਚਣਾ ਚਾਹੀਦਾ ਨਾ ਕਿ ਤੁਸੀਂ ਕਰ ਕੀ ਰਹੇ ਹੋ ਤੇ ਪਬਲਿਕ ਡੋਮੇਨ ਚ ਜਦੋਂ ਇਹ ਜਾਊਗੀ ਕੰਸਲਟੇਸ਼ਨ ਪਬਲਿਕ ਡੋਮੇਨ ਚ ਵੀ ਨਨ ਵਹੀ ਆਵਾਜ਼ ਆਉਣੀ ਹੈ ਹਮਮ ਫਿਰ ਤੁਸੀਂ ਕਰ ਕੀ ਰਹੇ ਹੋ ਜੀ ਮਤਲਬ ਰਲਦੇ ਹੀ ਨਹੀਂ ਪਏ ਨੇ ਮਤਲਬ ਹਾਂ ਵੱਖਰੇ ਬਣਾ ਦਿਓ ਮਤਲਬ ਵੱਖਰਾ ਬੁਜੇ ਤੁਸੀਂ ਤੁਹਾਨੂੰ ਇਹਨਾ ਹੈਗਾ ਵੱਖਰਾ ਬਣਾ ਦਿਓ ਪਰ ਕਲਬਿੰਗ ਤੇ ਕਲਬਿੰਗ ਚ ਕੀ ਕ੍ਰਾਈਟੇਰੀਆ ਕੀ ਹੈ ਹਮਮ ਤੇ ਕਿਹਦਾ ਸਮਾਨ ਅੱਗੇ ਪਿੱਛੇ ਰੱਖਣਾ ਦੱਸੋ ਅਹ ਠੀਕ ਹੈ ਜੀ ਬਹੁਤ ਬਹੁਤ ਥੋੜੀ ਮਿਹਰਬਾਨੀ ਆਪਣੇ ਵਿਚਾਰ ਦੇਣ ਲਈ ਹੋਰਨ ਸੈਟ ਦਾ ਦੂਸਰਾ ਸੈਸ਼ਨ ਸ਼ੁਰੂ ਹੋਣ ਵਾਲਾ ਪੰਜਾਬ ਦੀ ਖਬਰਸਾਰ ਔਰ ਉਸ ਤੋਂ ਬਾਅਦ ਅਸੀਂ ਓਪਨ ਲਾਈਨ ਕਰਾਂਗੇ ਅੱਜ ਔਰ ਓਪਨ ਲਾਈਨ ਦੇ ਵਿੱਚ ਤੁਸੀਂ ਜ਼ਰੂਰ ਦੱਸਣਾ ਕਿ ਤੁਹਾਡੇ ਕੀ ਵਿਚਾਰ ਨੇ ਡਾਕਟਰ ਸਾਹਿਬ ਜੀ ਤੁਸੀਂ ਚਾਹੋ ਤਾਂ ਸਾਨੂੰ ਜੁਆਇਨ ਕਰ ਸਕਦੇ ਹੋ ਜੇ ਤੁਸੀਂ ਫੋੜ ਕੋ ਫਰਸਤ ਹੈ ਤਾਂ ਵੈਲਕਮ ਅਸੀਂ ਮiraj pandal sahab ਨੂੰ ਵੀ ਸਦਾ ਦਿੰਦੇ ਹਾਂ ਜੇ ਉਹ ਆ ਕੇ ਕੁਝ ਕਰਨਾ ਚਾਹਣ ਕਹਿ ਸਕਦੇ ਨੇ ਕਿਉਂਕਿ ਉਹਨਾਂ ਨੇ ਕਾਫੀ ਕੰਮ ਕੀਤਾ ਹੈ ਇਸ ਦੇ ਉੱਤੇ ਪਰ ਜਿਹੜੀ ਪੰਜਾਬ ਦੀ ਖਬਰਸਾਰ ਤੋਂ ਬਾਅਦ ਅਸੀਂ ਡੈਫੀਨਿਟਲੀ ਅ ਜਦੋਂ ਆਨਲਾਈਨ ਗਰੁੰਡਡ ਤੇ ਫੀਟੂਸੀਓਸ ਦੇ ਵਿੱਚ ਜ਼ਰੂਰ ਆਪਣੀ ਗੱਲਬਾਤ ਦੱਸਣਾ